ਯੂਨੀਵਰਸਲ ਗਰੁੱਪ ਆਫ ਇੰਸਟੀਟਿਊਸ਼ਨ ਵੱਲੋਂ ਕਰਵਾਏ ਜਾ ਰਹੇ ਐਨੂਅਲ ਟੈਕ ਫੈਸਟ ਅਵਿਸ਼ਕਾਰ 2019 ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਵਿਸ਼ੇਸ਼ ਤੌਰ 'ਤੇ ਸਰਦਾਰ ਦਪਿੰਦਰ ਸਿੰਘ ਢਿੱਲੋਂ ਜੀ ਪ੍ਰਧਾਨ ਪੰਜਾਬ ਕਾਂਗਰਸ ਡਿਸਟ੍ਰਿਕਟ SAS ਨਗਰ ਮੋਹਾਲੀ, ਉਹਨਾਂ ਦੇ ਉਚੇਚੇ ਤੌਰ 'ਤੇ ਇੱਥੇ ਪਹੁੰਚਣ 'ਤੇ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਨਾਲ ਹੀ ਸਵਾਗਤ ਕਰਦਾ ਹਾਂ ਸਾਡੇ ਵੱਖ ਵੱਖ ਕਾਲਜਸ ਤੋਂ ਆਏ ਹੋਏ ਪਾਰਟੀਸਪੈਂਟਸ, ਟੀਚਰ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ, ਡਿਫਰੈਂਟ ਸਕੂਲਸ ਤੋਂ ਆਏ ਹੋਏ ਸਟੂਡੈਂਟਸ ਦਾ, ਉਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਆਲ ਦਾ ਪ੍ਰਿੰਸੀਪਲਸ, ਡੀਨਸ, ਹੈੱਡ ਆਫ ਦਾ ਡਿਪਾਰਟਮੈਂਟ, ਫੈਕਲਟੀ ਮੈਂਬਰਸ ਐਂਡ ਡੀਅਰ ਸਟੂਡੈਂਟਸ ਆਫ ਯੂਨੀਵਰਸਲ ਗਰੁੱਪ ਆਫ ਇੰਸਟੀਟਿਊਸ਼ਨ, ਤੁਹਾਡਾ ਸਭ ਦਾ ਇੱਥੇ ਸਾਡੇ ਐਨੂਅਲ ਟੈਕ ਫੈਸਟ 'ਤੇ ਅਵਿਸ਼ਕਾਰ 2019 ਦੇ ਵਿੱਚ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਹੈ। ਸਰਦਾਰ ਦਪਿੰਦਰ ਸਿੰਘ ਢਿੱਲੋਂ ਜੀ, ਜਿਵੇਂ ਕਿ ਅਸੀਂ ਜਾਣਦੇ ਹਾਂ, ਇੱਕ ਉੱਘੀ ਸ਼ਖਸੀਅਤ ਔਰ ਪੰਜਾਬ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਉੱਚਾ ਨਾਮ, ਸਾਡੇ ਡੇਰਾਬੱਸੀ ਹਲਕੇ ਦੀ ਬਹੁਤ ਟਾਈਮ ਤੋਂ ਸੇਵਾ ਕਰ ਰਹੇ ਨੇ। ਉਚੇਚੇ ਤੌਰ 'ਤੇ ਸਾਡੇ ਵਿੱਚ ਅੱਜ ਵਿਰਾਜਮਾਨ ਹੈਗੇ ਨੇ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਔਰ ਸਾਡਾ ਮਾਰਗਦਰਸ਼ਨ ਕਰਨ ਦੇ ਲਈ। ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਸ਼ਖਸੀਅਤ, ਸਾਡੇ ਡੇਰਾਬੱਸੀ ਹਲਕੇ ਦੀ ਜਿੰਨੀ ਵਧੀਆ ਤਰੀਕੇ ਨਾਲ ਸੇਵਾ ਇਹਨਾਂ ਨੇ ਕੀਤੀ ਹੈਗੀ ਹੈ, ਮੈਂ ਨਹੀਂ ਸਮਝਦਾ ਕਿਸੇ ਹੋਰ ਲੀਡਰ ਨੇ ਅੱਜ ਤੱਕ ਕੀਤੀ ਹੋਏਗੀ। ਸੋ ਇੱਕ ਲੀਡਰ ਬਣ ਕੇ ਨਹੀਂ, ਇੱਕ ਸੇਵਕ ਬਣ ਕੇ ਸਾਡੇ ਵਿੱਚ ਜਿਹੜਾ ਹੈਗਾ ਪਹੁੰਚਦੇ ਹੈਗੇ ਨੇ ਹਮੇਸ਼ਾ ਹੀ। ਜਦੋਂ ਵੀ ਅਸੀਂ ਕਿਸੇ ਵੀ ਦਿੱਕਤ, ਕਿਸੇ ਵੀ ਕੰਮਕਾਰ ਦੇ ਲਈ ਉਹਨਾਂ ਕੋਲ ਜਾਂਦੇ ਹੈਗੇ ਹਾਂ ਔਰ ਬਹੁਤ ਹੀ ਭਰਵੇਂ ਹੁੰਗਾਰੇ ਨਾਲ ਉਹ ਸਾਡਾ ਹੱਥ ਫੜਦੇ ਨੇ, ਸਾਡਾ ਜਿਹੜਾ ਹੈਗਾ ਕੰਮਕਾਰ, ਸਾਡੀਆਂ ਮੁਸ਼ਕਲਾਂ ਦਿਨ ਬ ਦਿਨ ਬੇਸਿਸ 'ਤੇ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਮੁਸ਼ਕਲਾਂ ਦਾ ਸਲੂਸ਼ਨ ਦਿੰਦੇ ਹੈਗੇ ਨੇ। ਸੋ ਸਾਡੇ ਡੇਰਾਬੱਸੀ ਹਲਕੇ ਦੇ ਲਈ ਇਹ ਬਹੁਤ ਮਾਣ ਦੀ ਗੱਲ ਹੈਗੀ ਹੈ ਕਿ ਸਾਡੇ ਕੋਲ ਇੰਨਾ ਸੂਝਵਾਨ ਔਰ ਇੰਨਾ ਹਰਮਨ ਪਿਆਰਾ ਲੀਡਰ ਸਾਡੇ ਵਿੱਚ ਵਿਰਾਜਮਾਨ ਹੈਗਾ। ਸੋ ਇੱਕ ਵਾਰ ਉਹਨਾਂ ਦੇ ਇੱਥੇ ਸਾਡੇ ਵਿੱਚ ਵਿਰਾਜਮਾਨ ਦੇ ਹੋਣ ਦੇ ਲਈ ਮੈਂ ਕਹਿੰਦਾ ਕਿ ਤਾੜੀਆਂ ਦੇ ਨਾਲ ਉਹਨਾਂ ਦਾ ਇੱਕ ਜ਼ੋਰਦਾਰ ਸਵਾਗਤ ਕੀਤਾ ਜਾਵੇ। ਅਵਿਸ਼ਕਾਰ 2019 ਜਿਵੇਂ ਕਿ ਇੱਕ ਅਸੀਂ ਜਾਣਦੇ ਹੈਗੇ ਹਾਂ ਕਿ ਟੈਕਨੀਕਲ ਇਵੈਂਟ ਹੈਗਾ। ਇਸ ਟੈਕਨੀਕਲ ਇਵੈਂਟ ਦੇ ਵਿੱਚ ਯੂਨੀਵਰਸਲ ਗਰੁੱਪ ਆਫ ਇੰਸਟੀਟਿਊਸ਼ਨ ਦੇ ਬੱਚਿਆਂ ਨੇ ਇਹਨਾਂ ਦੇ ਟੀਚਰਸ ਦੀ, ਅਧਿਆਪਕਾਂ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਾਨਦਾਰ ਪ੍ਰੋਜੈਕਟਸ ਜਿਹੜੇ ਹੈਗੇ ਨੇ ਬਣਾਏ ਹੈਗੇ ਨੇ ਔਰ ਇਹ ਉਹ ਪ੍ਰੋਜੈਕਟਸ ਹੈਗੇ ਨੇ। ਅਸੀਂ ਜਨਰਲੀ ਦੇਖਦੇ ਹੈਗੇ ਹਾਂ ਕਿ ਬੱਚੇ ਥਿਊਰੀ ਪੜ੍ਹਦੇ ਹੈਗੇ ਨੇ ਔਰ ਪ੍ਰੈਕਟੀਕਲ ਕੰਮ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਪਿੱਛੇ ਰਹਿ ਜਾਂਦੇ ਨੇ। ਪਰ ਅਗਰ ਅਸੀਂ ਇੱਥੇ ਸਾਡੇ ਬੱਚਿਆਂ ਦੇ ਕਾਰਗੁਜ਼ਾਰੀ ਦੀ ਜਿਹੜੀ ਹੈਗੀ ਹੈ, ਕਾਰਗੁਜ਼ਾਰੀ ਦਾ ਡਿਸਪਲੇ ਦੇਖੀਏ, ਤਾਂ ਜਿਹੜੀ ਥਿਊਰੀ ਬੱਚਿਆਂ ਨੇ ਪੜ੍ਹੀ ਹੈਗੀ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀਆਂ ਰੋਜ਼ਮਰਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੀ ਸਲੂਸ਼ਨ ਪ੍ਰੋਵਾਈਡ ਕਰਦੇ ਹੋਏ ਬਹੁਤ ਹੀ ਸ਼ਾਨਦਾਰ ਪ੍ਰੋਜੈਕਟਸ ਬਣਾਏ ਹੈਗੇ ਨੇ, ਜਿਨ੍ਹਾਂ ਦੇ ਨਾਲ ਸਾਡੀਆਂ ਉਹ ਮੁਸ਼ਕਲਾਂ ਹੱਲ ਵੀ ਹੁੰਦੀਆਂ ਹੈਗੀਆਂ ਨੇ ਔਰ ਸਾਡੀ ਜਿਹੜੀ ਲਾਈਫ ਹੈਗੀ ਹੈ ਉਹ ਹੋਰ ਕੰਫਰਟੇਬਲ, ਈਜ਼ੀ ਗੋਇੰਗ ਬਣਦੀ ਹੈਗੀ ਹੈ। ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਪ੍ਰੋਜੈਕਟਸ ਦੇ ਵਿੱਚ ਸਾਡੇ ਕੋਲ ਸਾਡੀ ਸੁਸਾਇਟੀ ਦੀਆਂ, ਨੇਸ਼ਨ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨਾ, ਜਿਹੜੇ ਚੈਲੇਂਜਸ ਹੈਗੇ ਨੇ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਟੀਚਰਾਂ ਦੀ ਰਹਿਨੁਮਾਈ ਹੇਠ ਸ਼ਾਨਦਾਰ ਪ੍ਰੋਜੈਕਟ ਬਣਾਏ ਹੈਗੇ ਨੇ। ਉਹਨਾਂ 'ਚੋਂ ਕੁਛ ਖਾਸ ਅਸੀਂ ਦੇਖ ਰਹੇ ਹੈਗੇ ਹੈ ਕਿ ਜਿਵੇਂ ਸਮਾਰਟ ਸੇਫਟੀ ਡਿਵਾਈਸ ਫੋਰ ਵੀਮੈਨ, ਵੀਮਨ ਦੀ ਸੇਫਟੀ ਦਾ ਜਿਹੜਾ ਹੈਗਾ ਹਮੇਸ਼ਾ ਹੀ ਇੱਕ ਚੈਲੇਂਜ ਰਹਿੰਦਾ ਹੈਗਾ। ਸੋ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਸੇਫਟੀ ਬੈਲਟ ਬਣਾਈ ਗਈ ਹੈਗੀ ਹੈ, ਸਮਾਰਟ ਸੇਫਟੀ ਬੈਲਟ, ਜਿਹਦੇ ਵਿੱਚ ਅਲਾਰਮ ਬਟਨ ਹੋਏਗਾ, ਅਗਰ ਕਿਤੇ ਵੀ ਕਿਸੇ ਵੀ ਫੀਮੇਲ ਨੂੰ ਕੋਈ ਪ੍ਰੋਬਲਮ ਹੁੰਦੀ ਹੈਗੀ ਹੈ ਉਹਦੇ ਬਟਨ ਦੇ ਉੱਪਰ GPS ਦੇ ਥਰੂ, ਇੰਟਰਨੈਟ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਪੇਰੈਂਟਸ ਕੋਲ ਜਾਂ ਜਿਹੜਾ ਕੰਟੈਕਟ ਨੰਬਰ ਦਿੱਤਾ ਹੈਗਾ ਉੱਥੇ ਡਿਸਪਲੇ ਹੋਏਗਾ। ਸੋ ਇਹਦੇ ਨਾਲ ਹੀ ਕੁਛ ਮਿਲਦੇ ਜੁਲਦੇ ਰੋਬੋਟਿਕ ਕੰਟਰੋਲ ਵਹੀਕਲ ਹੈਗੇ ਨੇ, ਐਡਵਾਂਸ ਮੋਬਾਈਲ ਫੋਨ ਕੰਟਰੋਲਡ ਵਹੀਕਲ ਹੈਗੇ ਨੇ ਸਾਡੇ ਕੋਲ, ਅਰਥਕੁਇਕ ਅਲਾਰਮ ਹੈਗਾ। ਜਨਰਲੀ ਅਸੀਂ ਦੇਖਦੇ ਹੈਗੇ ਹਾਂ ਕਿ ਅਰਥਕੁਇਕ ਆਉਂਦਾ ਹੈਗਾ ਅਤੇ ਜਨਰਲੀ ਬਹੁਤ ਜ਼ਿਆਦਾ ਜਿਹੜਾ ਹੈਗਾ ਜਾਨ ਔਰ ਮਾਲ ਦਾ ਨੁਕਸਾਨ ਹੁੰਦਾ ਹੈਗਾ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੇ ਅਰਥਕੁਇਕ ਰਜਿਸਟੈਂਸ ਦੇ ਲਈ ਇੱਕ ਅਲਾਰਮ ਬਣਾਇਆ ਹੈਗਾ। ਇਵੇਂ ਵਾਇਰਲੈਸ ਵੋਲਟੇਜ ਟ੍ਰਾਂਸਫਰ ਸਿਸਟਮ ਹੈਗਾ। ਅਸੀਂ ਜਨਰਲੀ ਦੇਖਦੇ ਹੈਗੇ ਕਿ ਵਾਇਰ ਦੇ ਥਰੂ ਹੀ ਵੋਲਟੇਜ ਜਿਹੜੀ ਹੈਗੀ ਹੈ ਇਲੈਕਟ੍ਰੀਸਿਟੀ ਪਾਵਰ ਟ੍ਰਾਂਸਫਰ ਹੁੰਦੀ ਹੈਗੀ ਹੈ। ਵਾਇਰਲੈਸ ਵੋਲਟੇਜ ਟ੍ਰਾਂਸਫਰ ਸਿਸਟਮ ਮੀਨਸ ਕਿ ਬਿਨਾਂ ਵਾਇਰ ਤੋਂ ਅਸੀਂ ਪਾਵਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਕਰ ਸਕਾਂਗੇ।
ਹਾਈਡਰੋਲਿਕ ਬ੍ਰਿਜ ਹੈਗਾ, ਸਮਾਰਟ ਸਿਟੀ ਪ੍ਰੋਜੈਕਟ ਹੈਗੇ ਨੇ, ਵਿੰਡ ਟਰਬਾਈਨ ਹੈਗੀ ਹੈ, ਸੈਂਸਰ ਬੇਸਡ ਲਾਈਟ ਸਿਸਟਮ ਹੈਗਾ, ਲਾਈਟ ਅਸੀਂ ਸਵਿੱਚ ਦੇ ਨਾਲ ਆਨ ਆਫ ਕਰਦੇ ਹੈਗੇ ਹਾਂ, ਸੈਂਸਰ ਬੇਸਡ ਲਾਈਟ ਸਿਸਟਮ ਹੈਗਾ ਜਿਹੜਾ ਕਿ ਸੈਂਸਰ ਡਿਟੈਕਟ ਕਰੇਗਾ ਕਿ ਲਾਈਟ ਕਦੋਂ ਆਨ ਹੋਣੀ ਹੈ, ਕਦੋਂ ਆਫ ਹੋਣੀ ਹੈਗੀ ਹੈ। ਪਲਾਸਟਿਕ, ਅਸੀਂ ਤਾਰਕੋਲ ਦੇ ਰੋਡ ਦੇਖੇ ਹੋਣਗੇ, ਪਲਾਸਟਿਕ ਸਾਡੇ ਲਈ ਬਹੁਤ ਵੱਡੀ ਸਮੱਸਿਆ ਹੈਗੀ ਹੈ। ਸੋ ਸਾਡੇ ਬੱਚਿਆਂ ਨੇ ਉਸ ਸਮੱਸਿਆ ਨੂੰ ਦੇਖਦੇ ਹੋਏ ਪਲਾਸਟਿਕ ਰੋਡ ਡਿਵੈਲਪ ਕੀਤੇ ਹੈਗੇ ਨੇ ਕਿ ਪਲਾਸਟਿਕ ਨੂੰ ਕਿਵੇਂ ਰੀਸਾਈਕਲ ਕਰਕੇ ਰੋਡ ਬਣਾਏ ਜਾ ਸਕਦੇ ਨੇ, ਕਿਉਂਕਿ ਪਲਾਸਟਿਕ ਰੀਸਾਈਕਲੇਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਵੱਡੀ ਪੂਰੇ ਜਿਹੜਾ ਹੈਗਾ ਵਰਲਡ ਦੀ ਸਮੱਸਿਆ ਹੈਗੀ ਹੈ। ਸੋ ਉਸ ਨੂੰ ਦੇਖਦੇ ਹੋਏ ਪਲਾਸਟਿਕ ਦੇ ਵਿੱਚ ਰੋਡ ਦੇ ਵਿੱਚ ਪਲਾਸਟਿਕ ਦਾ ਜਿਹੜਾ ਹੈਗਾ ਯੂਜ਼ ਕੀਤਾ ਜਾ ਰਿਹਾ। ਗੋਲਫ ਕਾਰ ਬੈਟਰੀ ਓਪਰੇਟਡ ਬਣਾਈ ਗਈ ਹੈਗੀ ਹੈ, ਬੈਟਰੀ ਓਪਰੇਟਡ ਟ੍ਰਾਈਸਾਈਕਲ ਹੈਗਾ ਸਾਡੇ। ਅਸੀਂ ਦੇਖਦੇ ਹੈਗੇ ਕਿ ਐਗਰੀਕਲਚਰ ਡਿਪਾਰਟਮੈਂਟ ਨੇ ਕਿਸਾਨ ਵੀਰ ਜਦੋਂ ਸਪਰੇ ਕਰਦੇ ਹੈਗੇ ਨੇ ਤਾਂ ਉਹ ਸਪਰੇ ਪੰਪ ਦਾ ਜਿਹੜਾ ਵੇਟ ਹੈਗਾ ਉਹਦੇ ਵਿੱਚ ਪਾਣੀ ਦਾ ਵੇਟ ਹੁੰਦਾ ਹੈਗਾ, ਦੈਨ ਉਹਦੀ ਪੰਪਿੰਗ ਦਾ ਜਿਹੜਾ ਹੈਗਾ ਐਫਰਟਸ ਕਰਨੇ ਪੈਂਦੇ ਨੇ। ਉਸ ਨੂੰ ਦੇਖਦੇ ਹੋਏ ਇੱਕ ਯੂਨੀਕ ਸਪਰੇ ਪੰਪ ਬਣਾਇਆ ਗਿਆ ਹੈਗਾ ਜਿਹਦੇ 'ਚ ਨਾ ਤਾਂ ਪੰਪ ਕਰਨ ਦੀ ਲੋੜ ਪਏਗੀ, ਨਾ ਵੇਟ ਚੱਕਣ ਦੀ ਲੋੜ ਪਏਗੀ, ਜਸਟ ਉਸਨੂੰ ਡਰਾਈਵ ਕਰਨਾ ਹੈਗਾ, ਉਹ ਆਟੋਮੇਟਡ ਜਿਹੜਾ ਹੈਗਾ ਪੰਪਿੰਗ ਹੋਏਗੀ ਉਹਦੇ ਵਿੱਚ। ਸੋ ਇਹ ਸਪਰੇ ਫਰਟੀਲਾਈਜ਼ਰ ਸਿਸਟਮ, ਆਟੋਮੈਟਿਕ ਸ਼ਟਰ ਹੈਗਾ, ਅਸੀਂ ਦੇਖਦੇ ਹਾਂ ਜਨਰਲੀ ਸ਼ੋਪ ਦੇ ਵਿੱਚ ਸ਼ਟਰ ਮੈਨੂਅਲ ਹੁੰਦਾ ਹੈਗਾ, ਉਸਨੂੰ ਜਦੋਂ ਅਸੀਂ ਡਾਊਨ ਕਰਦੇ ਹਾਂ ਅਪ ਕਰਦੇ ਹਾਂ ਬਹੁਤ ਸਾਰਾ ਐਨਰਜੀ ਜ਼ਿਆਦਾ ਐਨਰਜੀ ਲੱਗਦੀ ਹੈਗੀ ਹੈ। ਆਟੋਮੇਟਡ ਸ਼ਟਰ ਓਪਰੇਟਰ ਹੈਗਾ, ਸਵਿੱਚ ਦੇ ਨਾਲ ਸ਼ਟਰ ਓਪਨ ਹੋਏਗਾ, ਸਵਿੱਚ ਦੇ ਨਾਲ ਸ਼ਟਰ ਜਿਹੜਾ ਹੈਗਾ ਬੰਦ ਹੋਏਗਾ। ਹਾਈਡਰੋਲਿਕ ਪੰਪ ਹੈਗੇ ਨੇ। ਇਸ ਤੋਂ ਇਲਾਵਾ ਹੈਂਡੀਕੈਪ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਵੀਲ ਚੇਅਰ ਜਿਹੜੀ ਹੈਗੀ ਹੈ ਉਹ ਓਪਰੇਟ ਕਰਨ ਦੇ ਲਈ ਬਹੁਤ ਦਿੱਕਤ ਆਉਂਦੀ ਹੈ, ਬਹੁਤ ਐਨਰਜੀ ਲੱਗਦੀ ਹੈ, ਉਹਦੇ ਲਈ ਆਟੋਮੇਟਡ ਵੀਲ ਚੇਅਰ ਬਣਾਈ ਗਈ ਹੈਗੀ ਹੈ। ਸੋ ਇਸ ਤਰੀਕੇ ਦੇ ਕੁਛ ਇਨੋਵੇਟਿਵ ਪ੍ਰੋਜੈਕਟ ਸਾਡੇ ਬੱਚਿਆਂ ਵੱਲੋਂ ਬਣਾਏ ਗਏ। ਮੇਰੇ ਖਿਆਲ ਦੇ ਵਿੱਚ ਇਹਦੇ ਨਾਲ ਸਾਡੇ ਬੱਚਿਆਂ ਦੀ ਲਰਨਿੰਗ ਇਨਹਾਂਸਮੈਂਟ ਤਾਂ ਹੋਏਗੀ ਹੋਏਗੀ, ਸਗੋਂ ਡੇ ਟੂ ਡੇ ਬੇਸਿਸ 'ਤੇ ਜਿਹੜੀਆਂ ਸਾਡੀਆਂ ਜ਼ਰੂਰਤਾਂ ਹੈਗੀਆਂ ਨੇ ਉਹਨਾਂ ਨੂੰ ਵੀ ਇਹ ਪੂਰੇ ਕਰਨਗੇ। ਔਰ ਸਾਡੇ ਬੱਚੇ ਆਉਣ ਵਾਲੇ ਟਾਈਮ 'ਚ ਮੈਂ ਉਮੀਦ ਕਰਦਾ ਕਿ ਹੋਰ ਵੀ ਵਧੀਆ ਇਵੈਂਟਸ ਪ੍ਰੋਜੈਕਟਸ ਜਿਹੜੇ ਹੈਗੇ ਉਹ ਸਾਡੇ ਵਿੱਚ ਲੈ ਕੇ ਆਇਆ ਕਰਨਗੇ। ਇਸ ਇੰਸਟੀਟਿਊਸ਼ਨ ਦਾ ਜਿਹੜਾ ਓਬਜੈਕਟਿਵ ਹੈਗਾ ਉਹ ਇਹ ਹੈ ਕਿ ਬੱਚਿਆਂ ਨੂੰ ਪ੍ਰੈਕਟੀਕਲੀ ਇੰਨਾ ਕੁ ਕਾਬਿਲ ਬਣਾਇਆ ਜਾਵੇ ਕਿ ਉਹਨਾਂ ਦੇ ਅੰਦਰ ਉਹ ਜਿਹੜੀ ਪਰਟੀਕੁਲਰ ਸਕਿੱਲ ਹੈਗੀ ਹੈ ਉਹ ਡਿਵੈਲਪਮੈਂਟ ਹੋਵੇ, ਔਰ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਅੱਛੇ ਪ੍ਰੋਫੈਸ਼ਨਲ ਬਣ ਕੇ ਇੱਥੋਂ ਜਿਹੜੇ ਹੈਗੇ ਉਹ ਸੋਸਾਇਟੀ ਦੀ ਸੇਵਾ ਕਰਨ, ਸਾਡੇ ਨੇਸ਼ਨ ਦੀ ਸੇਵਾ ਕਰਨ। ਸੋ ਮੈਂ ਉਮੀਦ ਕਰਦਾ ਹਾਂ ਕਿ ਅਸੀਂ 2 ਦਿਨ ਦਾ ਜਿਹੜਾ ਇਹ ਟੈਕ ਫੈਸਟ ਹੈਗਾ ਇਸ ਦਾ ਆਨੰਦ ਮਾਣਾਂਗੇ, ਔਰ ਇਸ ਦੇ ਨਾਲ ਹੀ ਜਿਹੜੇ ਵੱਖ ਵੱਖ ਬੱਚਿਆਂ ਨੇ ਪ੍ਰੋਜੈਕਟ ਬਣਾਏ ਹੈਗੇ ਨੇ ਔਰ ਉਹਨਾਂ ਦੇ ਜਿਹੜੇ ਟੀਚਰਸ ਹੈਗੇ ਨੇ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਕਿ ਉਹਨਾਂ ਦੀ ਮਿਹਨਤ ਸਦਕਾ ਇਹ ਜਿਹੜਾ ਹੈਗਾ ਪ੍ਰੋਜੈਕਟਸ ਬਣਨੇ ਪੋਸੀਬਲ ਨਹੀਂ ਸੀ। ਸੋ ਉਹਨਾਂ ਦੀ ਰਹਿਨੁਮਾਈ ਦੇ ਲਈ, ਉਹਨਾਂ ਦੇ ਮਾਰਗਦਰਸ਼ਨ ਦੇ ਲਈ ਉਹ ਵਧਾਈ ਦੇ ਪਾਤਰ ਹੈਗੇ ਨੇ, ਔਰ ਸਾਡੇ ਬੱਚੇ ਜਿਨ੍ਹਾਂ ਨੇ ਇੰਨੇ ਇਨੋਵੇਟਿਵ ਪ੍ਰੋਜੈਕਟ ਬਣਾਏ ਹੈਗੇ ਨੇ ਉਹ ਵੀ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਉਹ ਵਧਾਈ ਔਰ ਪ੍ਰਸ਼ੰਸਾ ਦੇ ਪਾਤਰ ਹੈਗੇ ਨੇ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਇਸ ਟੈਕ ਫੈਸਟ 2019 ਦੇ ਵਿੱਚ ਸਵਾਗਤ ਹੈਗਾ। ਸੋ ਮਿਲ ਕੇ ਸਾਰੇ ਅਸੀਂ ਆਨੰਦ ਮਾਣਦੇ ਹੈਗੇ ਹਾਂ ਟੈਕ ਫੈਸਟ ਅਵਿਸ਼ਕਾਰ 2019। ਥੈਂਕ ਯੂ। Information, visit www.ugi.ac.in. For latest updates, download UGI app from Google Play Store.